ਸੀਐਮ ਭਗਤ ਸਿੰਘ ਮਾਨ ਅੱਜ ਜਲੰਧਰ ਵਿੱਚ ਰੋਡ ਸ਼ੋਅ ਕਰ ਰਹੇ ਨੇ। ਤਸਵੀਰਾਂ ਤੁਹਾਨੂੰ ਦਿਖਾ ਦਿੰਦਾ, ਇਸ ਵਕਤ ਜਲੰਧਰ ਵਿੱਚ ਜ਼ਿਮਨੀ ਚੋਣ ਚੱਲ ਰਹੀ ਹੈ, ਜਿਸ ਨੂੰ ਲੈ ਕੇ ਤਮਾਮ ਪਾਰਟੀਆਂ ਜਿਹੜੀਆਂ ਨੇ ਉਹ ਮੈਦਾਨ ਵਿੱਚ ਨੇ ਅਤੇ ਹਰ ਇੱਕ ਪਾਰਟੀ ਆਪਣੇ ਉਮੀਦਵਾਰ ਲਈ ਐਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਤਾਂ ਇਸ ਵਕਤ ਆਮ ਆਦਮੀ ਪਾਰਟੀ ਤੋਂ ਮਹਿੰਦਰ ਭਗਤ ਜੋ ਨੇ ਉਹ ਮੈਦਾਨ ਵਿੱਚ ਨੇ ਅਤੇ ਉਹਨਾਂ ਨੂੰ ਜਿਤਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਨੇ ਉਹ ਵਿਸ਼ੇਸ਼ ਰੂਪ 'ਤੇ ਰੋਡ ਸ਼ੋਅ ਕਰ ਰਹੇ ਨੇ। ਤਾਂ ਰੋਡ ਸ਼ੋਅ ਤਸਵੀਰਾਂ ਤੁਸੀਂ ਵੇਖ ਰਹੇ ਹੋ, ਜਲੰਧਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਮਹਿੰਦਰ ਭਗਤ ਜੋ ਨੇ ਉਹ ਮੈਦਾਨ ਵਿੱਚ ਨੇ ਅਤੇ ਇਸ ਵਕਤ ਤਸਵੀਰ ਤੁਸੀਂ ਵੇਖ ਸਕਦੇ ਹੋ। ਸੀਐਮ ਭਗਵੰਤ ਸਿੰਘ ਮਾਨ ਜੋ ਨੇ ਉਹ ਤੁਹਾਨੂੰ ਨਜ਼ਰ ਆਉਣਗੇ ਲੋਕਾਂ ਦਾ ਅਭਿਵਾਦਨ ਸਵੀਕਾਰ ਕਰਦੇ ਹੋਏ। ਅਤੇ ਨਾਲ ਦੀ ਨਾਲ ਗੱਲ ਕੀਤੀ ਜਾਵੇ ਤਾਂ ਮਹਿੰਦਰ ਭਗਤ ਜਿਹੜੇ ਨੇ ਉਹਨਾਂ ਦੇ ਨਾਲ ਗੱਡੀ ਵਿੱਚ ਮੌਜੂਦ ਨੇ। ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਸਿਰੋਂ ਪਾਓ ਲੋਕਾਂ ਵੱਲੋਂ ਦਿੱਤੇ ਜਾ ਰਹੇ ਨੇ, ਜਿਹਨਾਂ ਕੋਈ ਮੱਥੇ ਨਾਲ ਲਗਾ ਕੇ ਉਹ ਸਨਮਾਨਿਤ ਕਰ ਰਹੇ ਨੇ। ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਸਿਰੋਂ ਪਾਓ ਦਾ ਸਤਿਕਾਰ ਕੀਤਾ ਜਾ ਰਿਹਾ, ਲੋਕਾਂ ਵੱਲੋਂ ਪਿਆਰ ਨਾਲ ਬੁੱਕੇ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ। ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ, ਤਸਵੀਰਾਂ ਜਿਹੜੀਆਂ ਨੇ ਜਲੰਧਰ ਦੀਆਂ ਤਸਵੀਰਾਂ। ਰੋਡ ਸ਼ੋਅ ਜਲੰਧਰ ਵਿੱਚ ਸੀਐਮ ਭਗਤ ਸਿੰਘ ਮਾਨ ਦਾ ਚੱਲ ਰਿਹਾ, ਜਿਸ ਵਿੱਚ ਕਿ ਵੱਡਾ ਇਕੱਠ ਜਿਹੜਾ ਹੈਗਾ ਉਹ ਵੇਖਣ ਨੂੰ ਮਿਲ ਰਿਹਾ। ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਸੀਐਮ ਭਗਤ ਸਿੰਘ ਮਾਨ ਜੋ ਨੇ ਉਹ ਇਸ ਵਕਤ ਇੱਥੇ ਸੰਬੋਧਨ ਕਰ ਰਹੇ ਨੇ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਇਸ ਵਕਤ ਇਹ ਤਸਵੀਰਾਂ ਜੋ ਨੇ ਰੋਡ ਸ਼ੋਅ ਦੀਆਂ ਨੇ, ਜੋ ਕਿ ਇਸ ਵਕਤ ਜਲੰਧਰ ਵਿੱਚ ਚੱਲ ਰਿਹਾ ਹੈ। ਤਾਂ ਭਗਵੰਤ ਮਾਨ ਜੋ ਨੇ ਇਸ ਵਕਤ ਸਨਮਾਨਿਤ ਕਰ ਸਪੀਚ ਦੇ ਰਹੇ ਨੇ, ਸੁਣ ਲੈਣੇ ਕੀ ਕੁਛ ਉਹ ਕਹਿ ਰਹੇ ਨੇ। ਇੰਨੀ ਰਾਤ ਗਏ ਵੀ ਤੁਸੀਂ ਆਪਣੀਆਂ ਦੁਕਾਨਾਂ ਤੇ ਮਕਾਨਾਂ ਦੇ ਬਾਹਰ ਖੜਕੇ ਸਾਡਾ ਮਾਨ ਸਨਮਾਨ ਕਰ ਰਹੇ ਹੋ, ਤੈ ਦਿਲੋਂ ਸ਼ੁਕਰੀਆ, ਸੱਚੇ ਦਿਲੋਂ ਸ਼ੁਕਰੀਆ ਤੁਹਾਡਾ। ਇਹੀ ਪਿਆਰ ਸਾਨੂੰ 10 ਤਰੀਕ ਨੂੰ ਚਾਹੀਦਾ। 10 ਤਰੀਕ ਨੂੰ ਤੁਹਾਡੇ ਆਪਣੇ ਮਹਿੰਦਰ ਭਗਤ ਜੀ ਔਰ ਨਾਮ ਦੇ ਵੀ ਭਗਤ ਹੈਗੇ ਵੀ ਭਗਤ, ਇਹਨਾਂ ਨੂੰ ਜਿਤਾਉਣਾ। ਝਾੜੂ ਦਾ ਜੋ ਨਿਸ਼ਾਨ ਹੈ ਪੰਜਵੇਂ ਨੰਬਰ ਤੇ ਮਸ਼ੀਨ ਤੇ ਬਣਾਉਣਾ ਪਹਿਲੇ ਨੰਬਰ ਤੇ ਹੈ। ਆਪਾਂ ਦੇਖੋ ਇਹ ਸੀਟ ਦੇ ਜਿੱਤਣ ਨਾਲ ਕੋਈ ਸਰਕਾਰ ਨੂੰ ਫਰਕ ਨਹੀਂ ਪੈਣਾ, ਕੋਈ ਸਰਕਾਰ ਟੁੱਟਣੀ ਨਹੀਂ, ਕਿਸੇ ਦੀ ਸਰਕਾਰ ਬਣਨੀ ਨਹੀਂ, ਪਰ ਇਹ ਸੀਟ ਜਿੱਤਣ ਨਾਲ ਤੁਹਾਡਾ ਦੁਕਾਨਦਾਰਾਂ ਦਾ ਮਜ਼ਦੂਰਾਂ ਦਾ ਗਰੀਬਾਂ ਦਾ ਸਰਕਾਰ 'ਚ ਹਿੱਸਾ ਪੈ ਜਾਊਗਾ। ਇੱਕ ਵਾਰੀ ਮਹਿੰਦਰ ਭਗਤ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾ ਦਿਓ, ਅਗਲੀਆਂ ਪੌੜੀਆਂ ਚੜ੍ਹਾਉਣਾ ਮੇਰਾ ਕੰਮ ਹੈ ਕਿ ਮੈਂ ਤੁਹਾਨੂੰ ਫਿਰ ਆਪਣੇ ਕੰਮ ਕਰਾਇਓ। ਸੀਵਰੇ ਇਹਨੂੰ ਪਹਿਲਾਂ ਵਾਲਾ ਦੇਖੋ, ਬੋਲ ਲੈਣ ਦੇ ਬੋਲ, ਮੈਨੂੰ ਪਤਾ ਜਜ਼ਬਾਤ ਨੇ ਖੁਸ਼ੀ ਚੋਂ ਦੱਸੀ। ਫਿਰ ਤੁਸੀਂ ਪਹਿਲਾਂ ਵੀ ਆਮ ਆਦਮੀ ਪਾਰਟੀ ਜਿਤਾਈ ਸੀ, ਪਰ ਬੰਦਾ ਬੇਈਮਾਨ ਨਿਕਲਿਆ, ਇੱਧਰ ਉੱਧਰ ਛਾਲਾ ਮਾਰਨ ਲੱਗ ਗਿਆ, ਮੈਨੂੰ ਇੱਥੋਂ ਪੈਸੇ ਬਣ ਜਾਣਗੇ ਮੈਨੂੰ। ਲੋਕ ਸੇਵਾ ਦਾ ਮੌਕਾ ਪਰਮਾਤਮਾ ਕਦੇ ਕਦੇ ਦਿੰਦਾ ਕਿਸੇ ਨੂੰ, ਉਹ ਤਾਂ ਸਾਂਭਿਆ ਨਹੀਂ ਗਿਆ। ਦੋ ਜਣੇ ਸੀ ਪਿਛਲੇ ਸਾਲ ਵੀ, ਮੈਂ ਬਹੁਤ ਮਿਹਨਤ ਕੀਤੀ, ਜਲੰਧਰ ਆਪਾਂ ਨੇ ਜਿਮਨੀ ਚੋਣ ਜਿੱਤੀ, ਉਹ ਬੰਦਾ ਵੀ ਇਹ ਬੰਦਾ ਵੀ ਦੋਨੇ ਲਾਲਚੀ ਹੋ ਗਏ, ਹੁਣ ਅਸੀਂ ਐਂ ਕਰ ਦਾਂਗੇ ਕਰ ਦਾਂਗੇ। ਪਰਮਾਤਮਾ ਕਹਿੰਦਾ ਚਲੋ ਐਂ ਕਰਦੇ, ਫਿਰ ਦੋਨਾਂ ਨੂੰ ਮੇਲੇ ਕਰਦੇ ਆ, ਇੱਕ ਮੇਲਾ ਹੋ ਗਿਆ, ਦੂਜਾ ਮੇਲਾ ਮੇਲੇ ਨੂੰ ਹੋ ਗਿਆ। ਸਹਿਮਤ ਹੋ ਪੱਛਮੀ ਵਾਲਾ, ਸਹਿਮਤ ਹੋ, ਮੈਂ ਤੁਹਾਡੇ ਨਾਲ ਦਿਲੋਂ ਤੁਹਾਡੇ ਨਾਲ ਆ। ਫਿਰ ਨਾ ਕਿਸੇ ਬੱਸ 'ਚ ਹਿੱਸਾ ਪਾਉਣਾ, ਨਾ ਕਿਸੇ ਢਾਬੇ 'ਚ ਹਿੱਸਾ ਪਾਉਣਾ, ਨਾ ਕਿਸੇ ਰੇਪੇ 'ਚ ਹਿੱਸਾ ਪਾਉਣਾ,
ਹਿੱਸਾ ਪਾਉਣਾ ਤਾਂ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ ਹੋਰ ਕਿਤੇ ਆਓ ਰਲ ਕੇ ਆਪਾਂ ਸਰਕਾਰ ਦੇ ਹਿੱਸੇਦਾਰ ਬਣੀਏ ਜਲੰਧਰ ਵੈਸਟ ਦੇ ਵਿੱਚ ਆਓ ਮੈਂ ਘਰ ਲੈ ਲਿਆ ਕਿਰਾਏ 'ਤੇ ਘਰ ਲੈ ਲਿਆ ਮੈਂ ਉਹ ਇਹ ਨਹੀਂ ਹੈਗਾ ਵੀ 10 ਜੁਲਾਈ ਤੱਕ ਲੈ ਲਿਆ ਨਾ ਉਹ ਤਾਂ ਲੰਬਾ ਚੱਲੂ ਹਫ਼ਤੇ 'ਚ 2 ਤੋਂ 3 ਦਿਨ ਪੰਜਾਬ ਸਰਕਾਰ ਜਲੰਧਰ ਬੈਠਿਆ ਕਰੂ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ ਇੱਥੇ ਕਰ ਲਿਆ ਉਹ ਦੁਆਬੇ ਦਾ ਅਤੇ ਮਾਝੇ ਦਾ ਦਫ਼ਤਰ ਬਣ ਜਾਊਗਾ ਮੈਨੂੰ ਬੜੀ ਖੁਸ਼ੀ ਹੈ ਕਿ ਜਲੰਧਰ ਦਾ ਵਸਨੀਕ ਬਣ ਗਿਆ ਮੈਂ ਪਹਿਲੀ ਵਾਰ ਜ਼ਿੰਦਗੀ 'ਚ ਜਦੋਂ ਆਇਆ ਸੀ ਤਾਂ ਜਲੰਧਰ ਦੂਰਦਰਸ਼ਨ 'ਤੇ ਕਿਸੇ ਪ੍ਰੋਗਰਾਮ 'ਚ ਹਿੱਸਾ ਲੈਣ ਆਇਆ ਸੀ ਉਹ 'ਚ ਵੀ ਹਿੱਸਾ ਮਿਲਿਆ ਨਹੀਂ ਅਤੇ ਪਹਿਲੀ ਰਾਤ ਜਲੰਧਰ 'ਚ ਮੈਂ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਨਾਲ ਗੁਰਦੁਆਰਾ ਸਾਹਿਬ ਦੀ ਮੈਂ ਗੁਰਦੁਆਰਾ ਸਾਹਿਬ 'ਚ ਰਾਤ ਕੱਟੀ ਸੀ ਪਹਿਲੀ ਜਲੰਧਰ 'ਚ ਸੋ ਗੁਰੂ ਨਾਨਕ ਮਿਸ਼ਨ ਹਸਪਤਾਲ ਗੁਰਦੁਆਰਾ ਵੀ ਹੈ ਹਸਪਤਾਲ ਸੋ ਵੀਰੋ ਕੀ ਪਤਾ ਸੀ ਕੁਦਰਤ ਨੇ ਐਡਾ ਵੱਡਾ ਮੌਕਾ ਬਾਅਦ 'ਚ ਦੇਣਾ ਕਿ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਭੈਣ ਉਹ ਕੁੜੀਆਂ ਜਿਹੜੀਆਂ ਪੱਕੀਆਂ ਕੀਤੀਆਂ ਨੇ ਰੁੜਦੀਆਂ ਫਿਰਦੀਆਂ ਸੀ ਸਰਕਾਰਾਂ ਨੇ ਉਮਰਾਂ ਲੰਘਾਤੀਆਂ ਇਹਨਾਂ ਦੀਆਂ ਇਹਨਾਂ ਨੂੰ ਪੱਕੇ ਵੀ ਕੀਤਾ 3-3 ਗੁਣਾ ਤਨਖਾਹਾਂ ਵੀ ਬਣਾਈਆਂ ਫਿਰਦੀਆਂ ਅੱਜ ਭੈਣ ਉਹਨਾਂ ਨੂੰ ਟਿਕਟ ਦੇ ਦਿੱਤੀ ਬਾਅਦ 'ਚ ਕਹਿੰਦੇ ਸਾਡੇ ਉਮੀਦਵਾਰੀ ਹੈ ਨਹੀਂ
ਉਹ ਵੀ ਅੱਜ ਆਪਣੇ ਚ ਆ ਗਏ। ਮੈਂ ਕਿਹਾ ਭੈਣੇ ਆ ਜਾਓ, ਇੱਜ਼ਤ ਮਾਣ ਮਿਲੂਗਾ। ਫੋਨ ਨੰਬਰ, ਫੋਨ 'ਤੇ ਫੋਨ ਆ ਜਾਊਗਾ ਭੈਣੇ, ਤੁਹਾਡੇ ਫੋਨ ਨੰਬਰ 'ਤੇ ਫੋਨ ਆ ਜਾਊਗਾ, ਫਿਰ ਆਪਾਂ ਬਹਿ ਕੇ ਗੱਲ ਕਰ ਲਾਂਗੇ, ਠੀਕ ਹੈ। ਕੋਈ ਗੱਲ ਹੀ ਨਹੀਂ, ਖਜ਼ਾਨੇ ਦਾ ਮੂੰਹ ਤੁਹਾਡੇ 'ਤੇ ਨਹੀਂ ਖੁੱਲਿਆ ਹੋਇਆ, ਮੈਂ ਤਾਂ ਕਿਸੇ ਚੀਜ਼ 'ਚ ਹਿੱਸਾ ਪਾਉਣਾ ਨਹੀਂ, ਤੁਹਾਡੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ। ਜ਼ਿੰਦਾਬਾਦ, ਬਹੁਤ ਬਹੁਤ ਤੁਹਾਡਾ ਧੰਨਵਾਦ। ਦੋਨੇ ਹੱਥ ਉੱਪਰ ਚੱਕ ਕੇ ਇੱਕ ਵਾਰੀ ਮੈਨੂੰ ਤਸੱਲੀ ਜੀ ਦਿਲਾ ਦਿਓ ਕਿ ਜਲੰਧਰ ਵਾਲਿਓ ਕਰਤਾ ਕੰਮ 10 ਤਰੀਕ ਨੂੰ। ਇਨਕਲਾਬ, ਇਨਕਲਾਬ, ਭਾਰਤ ਮਾਤਾ ਕੀ ਵੰਦੇ। ਇੱਕ ਬਹੁਤ ਹੀ ਦੁਖਦਾਈ ਖਬਰ ਮਿਲੀ ਹੈ ਮੈਨੂੰ, ਯੂਪੀ ਦੇ ਵਿੱਚ ਹਾਥਰਸ ਇੱਕ ਜਗ੍ਹਾ ਹੈ, ਉੱਥੇ ਇੱਕ ਸਤਸੰਗ ਦੇ ਦੌਰਾਨ ਭਗਦੜ ਮੱਚ ਗਈ, 100 ਤੋਂ ਵੱਧ ਬੰਦੇ ਦੀ ਮੌਤ ਹੋ ਗਈ। ਆਪਾਂ ਅੱਧੇ ਮਿੰਟ ਵਾਸਤੇ ਉਹਨਾਂ ਦੇ ਆਤਮਿਕ ਸ਼ਾਂਤੀ ਵਾਸਤੇ ਮੌਨ ਰੱਖੀਏ। ਆਪਣਾ ਫਰਜ਼ ਬਣਦਾ ਕਿ ਆਪਾਂ ਮਾਨਵਤਾ ਦੇ ਹੱਕ 'ਚ ਜਿਹੜਾ ਉਹ ਇਹ ਰੱਖੀਏ। ਅੱਧੇ ਮਿੰਟ ਵਾਸਤੇ ਮੌਨ। ਵਾਹਿਗੁਰੂ, ਵਾਹਿਗੁਰੂ ਪਰਮਾਤਮਾ ਸਾਨੂੰ ਬਖਸ਼ੇ, ਰੂਹਾਂ ਵਿਛੜੀਆਂ ਜਿਹੜੀਆਂ ਉਹਨਾਂ ਨੂੰ ਸ਼ਾਂਤੀ ਬਖਸ਼ੇ। ਇੱਕ ਮਿੰਟ ਲਈ ਮੈਂ ਮਹਿੰਦਰ ਭਗਤ ਜੀ ਨੂੰ ਕਹੂੰਗਾ, ਤੁਹਾਡਾ ਧੰਨਵਾਦ ਵੀ ਕਰਨਗੇ, ਸਵਾਗਤ ਵੀ ਕਰਨਗੇ। ਪੰਜਾਬ ਦੀ ਜਨਤਾ ਦੇ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ, ਅੱਜ ਤੁਹਾਡੇ ਆਏ ਹੋਏ ਸਾਰੇ ਸਾਥੀਆਂ ਦਾ, ਤੁਹਾਡਾ ਇੰਨਾ ਵੱਡਾ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਆਪਣੇ ਮਹਿਬੂਬ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਕਿੰਨਾ ਪਿਆਰ ਕਰਦੇ ਹੋ। ਇਤਨਾ ਵੱਡਾ ਜਨ ਸਮੂਹ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਮਾਨ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਐਕਸੈਪਟ ਕਰਦੇ ਹੋ ਔਰ ਮਾਨ ਸਾਹਿਬ ਨਾਲ ਪਿਆਰ ਕਰਦੇ ਹੋ। ਮੈਂ ਤੁਹਾਨੂੰ ਦਿਲਾਂ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਨਾਲ ਅਪੀਲ ਕਰਦਾ ਹਾਂ, 10 ਤਰੀਕ ਨੂੰ ਤੁਸੀਂ ਇੱਕ ਇੱਕ ਵੋਟ ਝਾੜੂ ਦੇ ਨਿਸ਼ਾਨ ਦਾ ਬਟਨ ਦਬਾ ਕੇ ਪਾਉਣਾ ਹੈ ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਇਤਿਹਾਸਕ ਜਿੱਤ ਦਿਵਾਉਣੀ ਹੈ। ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਡੀ ਲਗਾਤਾਰ ਸੇਵਾ ਪਹਿਲੇ ਵੀ ਕਰਦਾ ਆਇਆ ਹਾਂ, ਅੱਗੋਂ ਵੀ ਕਰਦਾ ਰਹਾਂਗਾ। ਬਹੁਤ ਬਹੁਤ ਧੰਨਵਾਦ। ਤਾਂ ਇਸ ਵਕਤ ਤਸਵੀਰ ਤੁਸੀਂ ਵੇਖ ਰਹੇ ਸੀਗੇ, ਸੀ ਐਮ ਭਗਵੰਤ ਸਿੰਘ ਮਾਨ ਨੇ ਹਾਥਰਸ ਦੀ ਜੋ ਘਟਨਾ ਸੀਗੀ ਉਸ ਨੂੰ ਲੈ ਕੇ ਗਹਿਰਾ ਦੁੱਖ ਜਤਾਇਆ ਅਤੇ ਨਾਲ ਦੀ ਨਾਲ 2 ਮਿੰਟ ਦਾ ਮੌਨ ਜਿਹੜਾ ਹੈ ਉਹ ਵੀ ਇੱਥੇ ਰੱਖਿਆ ਗਿਆ ਹੈ। ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ, ਇਸ ਵਕਤ ਰੋਡ ਸ਼ੋਅ ਦੀਆਂ ਤਸਵੀਰਾਂ ਨੇ ਜਿੱਥੇ ਕਿ ਭਗਵੰਤ ਸਿੰਘ ਮਾਨ ਜੋ ਨੇ ਇੱਥੇ ਰੋਡ ਸ਼ੋਅ ਵਿੱਚ ਲੋਕਾਂ ਦਾ ਅਭਿਵਾਦਨ ਸਵੀਕਾਰ ਕਰਦੇ ਹੋਏ, ਤਾਂ ਇਹ ਜੋ ਉਹਨਾਂ ਦਾ ਸਿਗਨੇਚਰ ਸਟਾਈਲ ਹੈ ਉਹ ਕੀਤਾ ਗਿਆ ਹੈ। ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ, ਇਸ ਵਕਤ ਇਹ ਤਸਵੀਰ ਜਿਹੜੀ ਹੈ ਜਲੰਧਰ ਦੀ ਤਸਵੀਰ ਹੈ ਜਿੱਥੇ ਕਿ ਸੀਐਮ ਮਾਨ ਜੋ ਨੇ ਲੋਕਾਂ ਦੇ ਉੱਤੇ ਫੁੱਲ ਵਰਸਾ ਰਹੇ ਨੇ। ਤਾਂ ਤਸਵੀਰ ਦੇਖ ਸਕਦੇ ਹੋ ਤੁਸੀਂ, ਤਾਂ ਇਹ ਤਸਵੀਰ ਜਿਹੜੀ ਹੈ ਰੋਡ ਸ਼ੋਅ ਦੀ ਹੈ, ਨਾਲ ਮੋਹਿੰਦਰ ਭਗਤ ਜਿਹੜੇ ਨੇ ਉਹ ਇਹਨਾਂ ਦੇ ਨਾਲ ਮੌਜੂਦ ਨੇ। ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ, ਲੋਕ ਸੀਐਮ ਸਾਹਿਬ ਦੇ ਉੱਤੇ ਫੁੱਲ ਵਰਸਾ ਰਹੇ ਨੇ, ਉੱਧਰ ਸੀਐਮ ਸਾਹਿਬ ਜਿਹੜੇ ਨੇ ਲੋਕਾਂ ਦੇ ਉੱਤੇ ਫੁੱਲ ਵਰਸਾਉਂਦੇ ਹੋਏ ਨਜ਼ਰ ਆਏ। ਸਿਰੋਪਾਓ ਜੋ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਮੱਥੇ ਨਾਲ ਲਾ ਕੇ ਉਹਨਾਂ ਦਾ ਸਨਮਾਨ ਜਿਹੜਾ ਉਹ ਗ੍ਰਹਿਣ ਕਰਦੇ ਹੋਏ ਸੀਐਮ ਭਗਵੰਤ ਸਿੰਘ ਮਾਨ ਤੋਂ ਨਜ਼ਰ ਆਉਣਗੇ। ਤਾਂ ਤਸਵੀਰ ਇਸ ਵਕਤ ਤੁਸੀਂ ਵੇਖ ਸਕਦੇ ਹੋ, ਲੋਕਾਂ ਨਾਲ ਹੱਥ ਮਿਲਾਉਂਦੇ ਹੋਏ ਸੀਐਮ ਭਗਵੰਤ ਸਿੰਘ ਮਾਨ ਜੋ ਨੇ ਇਸ ਵਕਤ ਰੋਡ ਸ਼ੋਅ ਕਰ ਰਹੇ ਨੇ। ਤਾਂ ਤਸਵੀਰ ਇਸ ਵਕਤ ਤੁਸੀਂ ਵੇਖ ਸਕਦੇ ਹੋ, ਇਹ ਤਸਵੀਰਾਂ ਰੋਡ ਸ਼ੋਅ ਦੀਆਂ ਨੇ।
ਜਿੱਥੇ ਕਿ ਸੀਐਮ ਮਾਨ ਅਤੇ ਮੋਹਿੰਦਰ ਭਗਤ ਜੋ ਉਮੀਦਵਾਰ ਨੇ ਇੱਥੋਂ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਜਿਹੜਾ ਵੱਡਾ ਰੋਡ ਸ਼ੋਅ ਜਿਹੜਾ ਹੈਗਾ ਅੱਜ ਜਲੰਧਰ ਵਿੱਚ ਕੱਢਿਆ ਗਿਆ। ਇਸ ਰੋਡ ਸ਼ੋਅ ਦੀਆਂ ਤਸਵੀਰਾਂ ਜਿਹੜੀਆਂ ਇਸ ਵਕਤ ਤੁਸੀਂ ਵੇਖ ਰਹੇ ਸੀਗੇ, ਫਿਲਹਾਲ ਵੇਖਦੇ ਹਾਂ ਕਿ ਲੋਕ ਜਿਹੜੇ ਨੇ ਜਿਹਦਾ ਸਿਰਾ ਕਿਸ ਦੇ ਸਿਰ 'ਤੇ ਬੰਨਦੇ ਨੇ। ਜਲੰਧਰ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਚੱਜਦੇ ਨਾਲ, ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।